ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ। ਅਸੀਂ ਵਾਅਦੇ ਕਰਕੇ ਮੁਕਰੇ ਹਾਂ ਤੇਰੇ ਤੋਂ ਯਾਰਾ, ਕੀ ਪਰਦਾ ਜਿਹੇ ਸੁਪਰਹਿੱਟ ਗੀਤ ਦੇਣ ਵਾਲੇ। ਮਨਜੀਤ ਰੂਪੋਵਾਲੀਆ ਨੇ ਆਪਣੇ ਚੋਣ ਵਾਲਿਆਂ ਦੇ ਦਿਲਾਂ 'ਚ ਬਹੁਤ ਹੀ ਖਾਸ ਥਾਂ ਬਣਾਈ ਹੈ ਅਤੇ ਅੱਜ ਵੀ ਖੁਸ਼ੀ ਦੇ ਮੌਕਿਆਂ 'ਤੇ ਮਨਜੀਤ ਰੂਪੋਵਾਲੀਆ ਦੇ ਕਈ ਗੀਤਾਂ ਨੂੰ ਡੀਜੇ 'ਤੇ ਸੁਣਿਆ ਜਾ ਸਕਦਾ ਹੈ, ਜਿਵੇਂ ਕਿ ਮਿਸ ਪੂਜਾ ਨਾਲ ਗਾਇਆ ਗੀਤ ਦਾਰੂ ਅਤੇ ਤੀਵੀਂ ਅੱਜ ਵੀ ਪਹਿਲਾਂ ਵਾਂਗੂ ਹੀ ਸੁਣਿਆ ਜਾਂਦਾ ਹੈ। ਇਸ ਗਾਇਕ ਦਾ ਨਾਮ ਦੋਸਤੋ ਗਿਨੀਜ਼ ਬੁੱਕ ਆਫ ਵਰਲਡ 'ਚ ਦਰਜ ਹੋ ਚੁੱਕਾ ਹੈ, ਜਿਸ ਬਾਰੇ ਤੁਹਾਨੂੰ ਅੱਗੇ ਵੀਡੀਓ 'ਚ ਜਾਣਕਾਰੀ ਦੇਵਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਗਗਨਦੀਪ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ। ਅੱਜ ਤੁਹਾਡੀ ਡਿਮਾਂਡ 'ਤੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਹਰਮਨ ਪਿਆਰੇ ਗਾਇਕ ਮਨਜੀਤ ਰੂਪੋਵਾਲੀਆ ਜੀ ਦੇ ਬਾਰੇ ਅਤੇ ਜਾਣਾਂਗੇ ਉਹਨਾਂ ਦੇ ਗਾਇਕੀ ਦੇ ਸਫ਼ਰ ਬਾਰੇ ਅਤੇ ਕੁਝ ਹੋਰ ਇੰਟਰਸਟਿੰਗ ਜਾਣਕਾਰੀ ਬਾਰੇ ਵੀ। ਮਨਜੀਤ ਰੂਪੋਵਾਲੀਆ ਦਾ ਗਾਇਆ ਕਿਹੜਾ ਕਿਹੜਾ ਗੀਤ ਤੁਹਾਡਾ ਫੇਵਰੇਟ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਅਸੀਂ ਮਸ਼ਹੂਰ ਲੋਕਾਂ ਅਤੇ ਸਿਤਾਰਿਆਂ ਬਾਰੇ ਇੰਟਰਸਟਿੰਗ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਜਾਣਦੇ ਹਾਂ ਹੁਣ ਮਨਜੀਤ ਰੂਪੋਵਾਲੀਆ ਬਾਰੇ। ਮਨਜੀਤ ਰੂਪੋਵਾਲੀਆ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦੇ ਪਿੰਡ ਰੂਪੋਵਾਲ 'ਚ ਪਿਤਾ ਸਰਦਾਰ ਪਿਆਰਾ ਸਿੰਘ ਅਤੇ ਮਾਤਾ ਸ਼ੰਕਰ ਕੌਰ ਦੇ ਘਰ ਹੋਇਆ। ਪਰਿਵਾਰ ਨੇ ਨਾਮ ਰੱਖਿਆ ਮਨਜੀਤ ਸਿੰਘ। ਮਨਜੀਤ ਰੂਪੋਵਾਲੀਆ ਨੇ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਨਾਲ ਲੱਗਦੇ ਪਿੰਡ ਅੰਬਾਲਾ ਜੱਟਾਂ ਤੋਂ। ਸਕੂਲ ਦੀ ਪੜ੍ਹਾਈ ਕਰਨ ਮਗਰੋਂ ਮਨਜੀਤ ਰੂਪੋਵਾਲੀਆ ਨੇ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕੀਤਾ ਅਤੇ ਗ੍ਰੈਜੂਏਸ਼ਨ ਵੀ ਪੂਰੀ ਕੀਤੀ। ਮਨਜੀਤ ਰੂਪੋਵਾਲੀਆ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ 'ਚ ਕੋਈ ਵੀ ਨਹੀਂ ਗਾਉਂਦਾ ਸੀ, ਪਰ ਮਨਜੀਤ ਨੂੰ ਛੋਟੇ ਹੁੰਦਿਆਂ ਤੋਂ ਹੀ ਗਾਉਣ ਦਾ ਸ਼ੌਂਕ ਸੀ। ਗੁਰਦੁਆਰਾ ਸਾਹਿਬ 'ਚ ਮਨਜੀਤ ਅਕਸਰ ਧਾਰਮਿਕ ਗੀਤ ਅਤੇ ਵਾਰਾਂ ਗਾਉਂਦੇ। ਇਸ ਦੇ ਨਾਲ ਹੀ ਸਕੂਲ 'ਚ ਹੋਣ ਵਾਲੀਆਂ ਬਾਲ ਸਭਾਵਾਂ ਦੇ ਨਾਲ ਹੀ ਪ੍ਰੇਅਰ 'ਚ ਵੀ ਉਹ ਗਾਉਂਦੇ ਰਹੇ ਨੇ। ਮਨਜੀਤ ਨੇ 5ਵੀਂ ਕਲਾਸ 'ਚ ਪੜ੍ਹਨ ਦੇ ਸਮੇਂ ਗਾਇਕੀ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਉਹਨਾਂ ਦੇ ਸਕੂਲ ਟੀਚਰਸ ਨੇ ਉਹਨਾਂ ਨੂੰ ਗਾਇਕੀ 'ਚ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ। ਕਾਲਜ ਪੜ੍ਹਨ ਦੇ ਸਮੇਂ ਮਨਜੀਤ ਨੇ ਮਿਊਜ਼ਿਕ ਦਾ ਸਬਜੈਕਟ ਨਾਲ ਰੱਖਿਆ ਅਤੇ ਇਸੇ ਦੌਰਾਨ ਮਨਜੀਤ ਰੂਪੋਵਾਲੀਆ ਦੀ ਮੁਲਾਕਾਤ ਹੋਈ ਮਰਹੂਮ ਪੰਜਾਬੀ ਗਾਇਕਾ ਪਰਮਿੰਦਰ ਸੰਧੂ ਦੇ ਨਾਲ। ਮਨਜੀਤ ਰੂਪੋਵਾਲੀਆ ਨੇ ਪਰਮਿੰਦਰ ਸੰਧੂ ਨੂੰ ਆਪਣਾ ਗੁਰੂ ਧਾਰਿਆ ਅਤੇ ਉਹਨਾਂ ਕੋਲੋਂ ਸੰਗੀਤਕ ਤਾਲੀਮ ਲਈ। ਪਰਮਿੰਦਰ ਸੰਧੂ ਦੇ ਨਾਲ ਮਨਜੀਤ ਕਰੀਬ 4 ਸਾਲ ਤੱਕ ਕੋਰਸ ਵੀ ਕਰਦੇ ਰਹੇ। ਸੰਗੀਤਕ ਵਿੱਦਿਆ ਹਾਸਲ ਕਰਨ ਮਗਰੋਂ ਮਨਜੀਤ ਰੂਪੋਵਾਲੀਆ ਦੀ ਪਹਿਲੀ ਐਲਬਮ ਸਾਲ 1998 'ਚ ਰਿਲੀਜ਼ ਹੋਈ, ਜਿਸ ਦਾ ਨਾਮ ਸੀ ਗੈਰਾਂ ਦੀ ਮਹਿੰਦੀ। ਮਨਜੀਤ ਰੂਪੋਵਾਲੀਆ ਨੂੰ ਇਸ ਐਲਬਮ ਦੇ ਗੀਤ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਲਿਸ਼ਕਾਰਾ 'ਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਤੋਂ ਉਹਨਾਂ ਦੀ ਚੜ੍ਹਾਈ ਸ਼ੁਰੂ ਹੋਈ। ਮਨਜੀਤ ਰੂਪੋਵਾਲੀਆ ਦੀ ਇਹ ਐਲਬਮ ਪੂਰੇ ਪੰਜਾਬ ਦੇ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ, ਜਿਸ ਤੋਂ ਬਾਅਦ ਮਨਜੀਤ ਹੁਣ ਤੱਕ ਕਰੀਬ 12 ਐਲਬਮਸ ਕਰ ਚੁੱਕੇ ਨੇ, ਜਿਨ੍ਹਾਂ 'ਚੋਂ ਕੁਝ ਦੇ ਨਾਮ ਲਈਏ ਤਾਂ ਤੇਰੀ ਬੇਵਫਾਈ, ਦਿਲ ਸੋਚ ਕੇ ਲਾਈ, ਸਦਕੇ ਤੇਰੀਆਂ ਯਾਦਾਂ ਦੇ, ਵਾਅਦੇ, ਬਾਜ਼ੀ, 100/100, ਗੂੰਜੇ ਚਮਕੀਲਾ, ਲਵ ਫੋਰਐਵਰ ਅਤੇ ਬਿਊਟੀਫੁੱਲ ਮੁਖੜੇ ਐਲਬਮਸ ਹਿੱਟ ਰਹੀਆਂ। ਮਨਜੀਤ ਰੂਪੋਵਾਲੀਆ ਦੇ ਸੋਲੋ ਗੀਤਾਂ ਸੁਪਰਹਿੱਟ ਰਹੇ ਨੇ। ਇਹਨਾਂ ਦੇ ਨਾਲ ਹੀ ਇਹਨਾਂ ਐਲਬਮਸ 'ਚ ਉਹਨਾਂ ਨੇ ਪੰਜਾਬ ਦੀਆਂ ਕਈ ਨਾਮਵਰ ਗਾਇਕਾਵਾਂ ਦੇ ਨਾਲ ਵੀ ਗਾਇਆ, ਜਿਨ੍ਹਾਂ 'ਚ ਸਭ ਤੋਂ ਵੱਧ ਮਿਸ ਪੂਜਾ ਨਾਲ ਗਾਇਆ। ਉਹਨਾਂ ਤੋਂ ਇਲਾਵਾ ਸੁਦੇਸ਼ ਕੁਮਾਰੀ, ਜੈਸਮਿਨ ਅਖਤਰ ਅਤੇ ਗੁਰਲੇਜ਼ ਅਖਤਰ ਨਾਲ ਵੀ ਉਹਨਾਂ ਦੇ ਗਾਏ ਗੀਤ ਸੁਪਰਹਿੱਟ ਰਹੇ ਨੇ। ਇਹਨਾਂ 'ਚ ਉਹਨਾਂ ਦੇ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਦਾਰੂ ਅਤੇ ਤੀਵੀਂ, ਅਸੀਂ ਵਾਅਦੇ ਕਰਕੇ ਮੁਕਰੇ ਹਾਂ, ਜੱਗੇ ਜੱਟ ਵਾਂਗੂ ਯਾਰਾਂ ਦੀ ਚੜ੍ਹਾਈ ਅਤੇ ਪੰਗਾ ਜਿਹੇ ਗੀਤ ਸੁਪਰਹਿੱਟ ਰਹੇ ਨੇ। ਦੋਸਤੋ, ਮਨਜੀਤ ਰੂਪੋਵਾਲੀਆ ਦਾ ਗਾਇਆ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਅਤੇ ਵਾਅਦੇ ਗੀਤ ਨੂੰ ਦਰਸ਼ਕਾਂ ਨੇ ਇੰਨਾ ਜ਼ਿਆਦਾ ਪਸੰਦ ਕੀਤਾ ਕਿ ਇਹਨਾਂ ਗੀਤਾਂ ਦੀ ਬਦੌਲਤ ਮਨਜੀਤ ਰੂਪੋਵਾਲੀਆ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ 'ਚ ਰਿਕਾਰਡ ਹੈ। ਇਹਨਾਂ ਐਲਬਮਸ ਅਤੇ ਗੀਤਾਂ ਤੋਂ ਇਲਾਵਾ ਮਨਜੀਤ ਰੂਪੋਵਾਲੀਆ ਸਮੇਂ-ਸਮੇਂ 'ਤੇ ਦਰਸ਼ਕਾਂ ਲਈ ਧਾਰਮਿਕ ਐਲਬਮਸ ਵੀ ਰਿਲੀਜ਼ ਕਰਦੇ ਰਹੇ ਨੇ। ਹੁਣ ਤੱਕ ਉਹ ਕਰੀਬ 7 ਐਲਬਮਸ ਰਿਲੀਜ਼ ਕਰ ਚੁੱਕੇ ਨੇ, ਜਿਨ੍ਹਾਂ ਨੂੰ ਕਿ ਦਰਸ਼ਕਾਂ ਨੇ ਬਾਕੀ ਐਲਬਮਸ ਵਾਂਗੂ ਹੀ ਪਿਆਰ ਦਿੱਤਾ। ਦੋਸਤੋ, ਗਾਇਕੀ 'ਚ ਚੰਗਾ ਨਾਮ ਕਮਾਉਣ ਤੋਂ ਬਾਅਦ ਮਨਜੀਤ ਰੂਪੋਵਾਲੀਆ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਫਿਲਮ ਅਸੀਂ ਹਾਂ ਯਾਰ ਪੰਜਾਬੀ ਦੇ ਨਾਲ ਡੈਬਿਊ ਕੀਤਾ। ਇਸ ਫਿਲਮ 'ਚ ਉਹਨਾਂ ਨੇ ਬਤੌਰ ਹੀਰੋ ਕੰਮ ਕੀਤਾ ਅਤੇ ਸਤੀਸ਼ ਕੌਲ ਜਿਹੇ ਕਈ ਵੱਡੇ ਕਲਾਕਾਰ ਵੀ ਫਿਲਮ 'ਚ ਨਜ਼ਰ ਆਏ। ਪਰਿਵਾਰਕ ਅਤੇ ਸਾਫ਼ ਸੁਥਰੀ ਗਾਇਕੀ ਕਰਨ ਵਾਲੇ ਮਨਜੀਤ ਰੂਪੋਵਾਲੀਆ ਸਮੇਂ-ਸਮੇਂ 'ਤੇ ਦਰਸ਼ਕਾਂ ਦੇ ਲਈ ਆਪਣੇ ਗੀਤ ਲੈ ਕੇ ਆਉਂਦੇ ਰਹਿੰਦੇ ਨੇ, ਜਿਨ੍ਹਾਂ 'ਚ ਉਹਨਾਂ ਦੇ ਪਿਛਲੇ ਕੁਝ ਸਮੇਂ 'ਚ ਦਿਲ ਸੋਚ ਕੇ ਲਾਈ ਅਤੇ ਟਰੱਕ ਲਾਈਫ ਗੀਤ ਰਿਲੀਜ਼ ਹੋਏ ਨੇ। ਫਿਲਹਾਲ ਮਨਜੀਤ ਰੂਪੋਵਾਲੀਆ ਆਪਣੀ ਪਤਨੀ, ਬੇਟਾ ਅਗਮ ਰੂਪੋਵਾਲੀਆ ਅਤੇ ਬੇਟੀ ਨਾਲ ਕਨੇਡਾ ਰਹਿ ਰਹੇ ਨੇ ਅਤੇ ਅਕਸਰ ਪ੍ਰੋਗਰਾਮ ਕਰਨ ਲਈ ਪੰਜਾਬ ਆਉਂਦੇ ਰਹਿੰਦੇ ਨੇ। ਸੋ ਦੋਸਤੋ, ਇਹ ਸੀ ਜਾਣਕਾਰੀ ਪੰਜਾਬੀ ਗਾਇਕ ਮਨਜੀਤ ਰੂਪੋਵਾਲੀਆ ਦੇ ਬਾਰੇ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਣੀ ਹੈ। ਆਪਣੇ ਕਮੈਂਟਸ ਰਾਹੀਂ ਜਾਣਕਾਰੀ ਬਾਰੇ ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰਿਓ ਅਤੇ ਨਾਲ ਹੀ ਮਨਜੀਤ ਰੂਪੋਵਾਲੀਆ ਦਾ ਕਿਹੜਾ ਕਿਹੜਾ ਗੀਤ ਤੁਸੀਂ ਅੱਜ ਵੀ ਸੁਣਦੇ ਹੋ ਉਹ ਵੀ ਜ਼ਰੂਰ ਦੱਸਿਓ। ਔਰ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਅੱਜ ਦੀ ਵੀਡੀਓ ਸਿਰਫ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।